जिहड़े ये लोग ने चंदक लोग जिहड़े कि शरेआम कहिंदे ने अपने मूहों पे कि हरनेक सिंह नेकी नूं सुणदा हरनेक नेकी न्यूजीलैंड वाले दे फैन ने कोई अपने आप नूं कोई ढड़ियां वाले का फॉलोअर आ तो सीधा स्पष्ट लफ्जां च कहिंदे ने कि असीं उन्हां दा प्रचार सुन के प्रभावित होए आ ते उन्हां वल्लों जिहड़े लॉजिक पेश कीते जांदे ने खौती लॉजिक उन्हां दे लॉजिक मुताबक असीं जिहड़ा वाह प्रभावित हो के ते सवाल करदे आ। ਸਾਡੇ ਪੰਚ ਦੇ ਵਿੱਚ ਜਿਹੜੇ ਅਖੌਤੀ ਪ੍ਰਚਾਰਕ ਆ ਇਹਨਾਂ ਨੇ ਇਹੋ ਜਿਹੇ ਲੋਕ ਘਰ ਘਰ ਦੇ ਵਿੱਚ ਪੈਦਾ ਕਰ ਦਿੱਤੇ ਗਏ ਆ। ਹੁਣ ਆ ਇੱਕ ਨੇ ਪੋਸਟ ਪਾਈ ਆ ਕਹਿੰਦਾ ਵੀ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਉਹਨਾਂ ਲੋਕਾਂ ਨੂੰ ਰੱਬ ਵਾਲਾ ਭੇਤ ਸਮਝਾ ਰਹੇ ਹਨ ਕਹਿੰਦਾ ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਵੀ ਨਹੀਂ ਸਮਝਾ ਸਕੇ। ਜੇਕਰ ਧੜਕਦਾ ਦਿਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਹੁੰਦੇ ਤਾਂ ਹੁਣ ਇਹ ਬੰਦੇ ਦੇ ਟੋਟੇ ਟੋਟੇ ਕਰਕੇ ਤੇ ਬੋਰੀ ਵਿੱਚ ਪਾ ਕੇ ਤੇ ਕਿਸੇ ਨਾ ਕਿਸੇ ਦਰਿਆ ਦੇ ਸੁੱਟਿਆ ਹੋਣਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਸੋਸ਼ਲ ਮੀਡੀਆ ਉੱਤੇ ਅੱਜ ਕੱਲ੍ਹ ਅਖੌਤੀ ਪ੍ਰਚਾਰਕਾਂ ਦੇ ਪਿੱਛੇ ਲੱਗੇ ਹੋਏ ਅਜਿਹੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਸਿੰਘਾਂ ਵੱਲੋਂ ਸੋਦਾ ਲਾਇਆ ਜਾ ਰਿਹਾ ਹੈ ਜੋ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਅਜਿਹੀ ਪੋਸਟ ਪਾਉਂਦੇ ਨੇ ਅਜਿਹੀ ਬਕਵਾਸ ਕਰਦੇ ਨੇ ਜੋ ਸਿੰਘਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਜਿਸ ਨੂੰ ਵੇਖਦਿਆਂ ਸੁਣਦਿਆਂ ਹੀ ਸਿੰਘਾਂ ਦਾ ਖੂਨ ਹੌਲ ਉੱਠਦਾ ਹੈ ਤੇ ਇਹ ਸਿਰਫ ਤੇ ਸਿਰਫ ਇਹਨਾਂ ਅਪਗ੍ਰੇਡ ਅਖੌਤੀ ਪ੍ਰਚਾਰਕਾਂ ਦੇ ਕੁਕਰਮ ਹੀ ਨੇ ਜੋ ਆਪਣੀ ਮਨਮਤ ਪ੍ਰਚਾਰਨ ਵਿੱਚ ਲੱਗੇ ਹੋਏ ਨੇ ਤੇ ਆਓ ਦੇਖਦੇ ਹਾਂ ਕਿ ਇਹਨਾਂ ਅਖੌਤੀ ਪ੍ਰਚਾਰਕਾਂ ਨੂੰ ਅਤੇ ਇਹਨਾਂ ਦੇ ਪਿੱਛੇ ਲੱਗ ਕੇ ਜਿਨ੍ਹਾਂ ਨੇ ਕੁਕਰਮ ਕੀਤੇ ਨੇ ਉਹਨਾਂ ਨੂੰ ਕਿੱਦਾਂ ਠੋਕਿਆ ਤੇ ਕਿੱਦਾਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ ਭਾਈ ਪਰਮਜੀਤ ਸਿੰਘ ਅਕਾਲੀ ਅਤੇ ਨਿਹੰਗ ਦੀਪ ਸਿੰਘ ਖਾਲਸਾ ਫੌਜ ਵੱਲੋਂ। ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੇ ਲੋਕ ਜਿਹੜੇ ਉੱਠੇ ਨੇ ਨਵੇਂ ਨਵੇਂ ਕੁਝ ਲੋਕ ਤਰ੍ਹਾਂ ਤਰ੍ਹਾਂ ਦਾ ਇਹ ਕੂੜ ਪ੍ਰਚਾਰ ਕਰਦੇ ਨੇ ਕਰ ਰਹੇ ਨੇ ਇਹਨਾਂ ਦੁਆਰਾ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਆਵਾਜ਼ ਚੈੱਕ ਕਰ ਲਿਓ ਭਾਸ਼ਾ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਉਹ ਬੜੀ ਹੀ ਅਸਭਿਅਕ ਭਾਸ਼ਾ ਹੁੰਦੀ ਆ ਬੜੀ ਮੰਦੀ ਭਾਸ਼ਾ ਬੋਲਦੇ ਨੇ ਸ਼ਹੀਦਾਂ ਸਿੰਘਾਂ ਦੀ ਸ਼ਾਨ ਦੇ ਖਿਲਾਫ ਗੁਰੂ ਸਾਹਿਬਾਨਾਂ ਦੇ ਖਿਲਾਫ ਜਿਹੜਾ ਵੀ ਇਹਨਾਂ ਦੇ ਵੱਲੋਂ ਸਟੇਟਸ ਪਾਏ ਜਾਂਦੇ ਨੇ ਜਾਂ ਲਿਖਿਆ ਜਾਂਦਾ ਜਾਂ ਕੋਈ ਵੀਡੀਓ ਪਾਈ ਜਾਂਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਬੇਰੁਮਤੀ ਕਰਦੇ ਨੇ ਸ਼ਹੀਦਾਂ ਸਿੰਘਾਂ ਦੀ ਆਵਾਜ਼ ਆ ਰਹੀ ਹੈ ਜੀ ਹਾਂਜੀ ਠੀਕ ਆ ਮਨਜੀਤ ਜੀ ਧੰਨਵਾਦ ਜੀ ਕਿਉਂਕਿ ਥੋੜ੍ਹੀ ਨਾ ਕਾਫੀ ਦਿਨ ਤੋਂ ਮੈਂ ਲਾਈਵ ਜਦੋਂ ਵੀ ਕਰਦਾ ਸੰਗਤ ਦੀ ਸ਼ਿਕਾਇਤ ਹੁੰਦੀ ਹੈ ਕਿ ਆਵਾਜ਼ ਨਹੀਂ ਆਉਂਦੀ ਸੋ ਮੈਂ ਤਾਂ ਕਰਕੇ ਕਨਫਰਮ ਕਰ ਰਿਹਾ ਸੀ ਨਾਲ ਸਿੰਘ ਬੈਠਾ ਸੀਗਾ ਸੋ ਵਿਚਾਰ ਜਿਹੜੀ ਇਹ ਮੈਂ ਕਰਨ ਦਾ ਮੇਰਾ ਕਾਰਨ ਤੁਹਾਡੇ ਨਾਲ ਇਹ ਆ ਵੀ ਸੋਸ਼ਲ ਮੀਡੀਆ ਜਿਹੜਾ ਵਾ ਇੱਕ ਪਲੇਟਫਾਰਮ ਆ ਆਪਣੇ ਕੋਲ ਆਪਾਂ ਨੂੰ ਆਪੋ ਆਪਣੇ ਵਿਚਾਰ ਰੱਖਣ ਦਾ ਵੇਖੋ ਹਰ ਇੱਕ ਨੂੰ ਆਜ਼ਾਦੀ ਆ ਹਰ ਕੋਈ ਆਪਣੇ ਵਿਚਾਰ ਰੱਖ ਸਕਦਾ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਸਕਦਾ ਪਰ ਜਿਹੜੀ ਕਰਨ ਵਾਲੀ ਗੱਲ ਆ ਉਹ ਸਮਝਣ ਵਾਲੀ ਗੱਲ ਆ ਉਹ ਵੀ ਜਿਹੜੇ ਇਹ ਲੋਕ ਨੇ ਚੰਦਕ ਲੋਕ ਜਿਹੜੇ ਕਿ ਸ਼ਰੇਆਮ ਕਹਿੰਦੇ ਨੇ ਆਪਣੇ ਮੂੰਹੋਂ ਵੀ ਕਿ ਹਰਨੇਕ ਸਿੰਘ ਨੇਕੀ ਨੂੰ ਸੁਣਦਾ ਹਰਨੇਕ ਨੇਕੀ ਨਿਊਜ਼ੀਲੈਂਡ ਵਾਲੇ ਦੇ ਫੈਨ ਨੇ ਕੋਈ ਆਪਣੇ ਆਪ ਨੂੰ ਕੋਈ ਢੱਡੀਆਂ ਵਾਲੇ ਦਾ ਫਾਲੋਅਰ ਆ ਅਤੇ ਉਹ ਸਿੱਧਾ ਸਪਸ਼ਟ ਲਫ਼ਜ਼ਾਂ 'ਚ ਕਹਿੰਦੇ ਨੇ ਕਿ ਅਸੀਂ ਉਹਨਾਂ ਦਾ ਪ੍ਰਚਾਰ ਸੁਣ ਕੇ ਪ੍ਰਭਾਵਿਤ ਹੋਏ ਹਾਂ ਅਤੇ ਉਹਨਾਂ ਵੱਲੋਂ ਜਿਹੜੇ ਲਾਜਿਕ ਪੇਸ਼ ਕੀਤੇ ਜਾਂਦੇ ਨੇ ਅਖੌਤੀ ਲੌਜਿਕ ਉਹਨਾਂ ਦੇ ਲੌਜਿਕ ਮੁਤਾਬਕ ਅਸੀਂ ਜਿਹੜਾ ਵਾ ਪ੍ਰਭਾਵਿਤ ਹੋ ਕੇ ਅਤੇ ਸਵਾਲ ਕਰਦੇ ਹਾਂ ਵੇਖੋ ਇੱਕ ਹੁੰਦਾ ਵਾ ਕਿ ਤੁਸੀਂ ਇੱਕ ਸਵਾਲ ਕਰਦੇ ਹੋ ਕਿਸੇ ਚੀਜ਼ 'ਤੇ ਜੇ ਤੁਸੀਂ ਕਿੰਤੂ ਵੀ ਕਰਦੇ ਹੋ ਤਾਂ ਉਹ ਤੁਹਾਡੀ ਇੱਕ ਭਾਸ਼ਾ ਸਭਿਅਕ ਹੋਣੀ ਚਾਹੀਦੀ ਆ ਜੇ ਚਲੋ ਤੁਹਾਨੂੰ ਕਿਸੇ ਨਾਲ ਪ੍ਰੋਬਲਮ ਆ ਕਿਸੇ ਵਿਚਾਰ ਨਹੀਂ ਡਲਦੇ ਤੁਹਾਡੀ ਭਾਸ਼ਾ ਸਭਿਅਕ ਹੋਣੀ ਚਾਹੀਦੀ ਆ ਪਰ ਇਹ ਲੋਕ ਜਿਹੜੇ ਨੇ ਇਹਨਾਂ ਲੋਕਾਂ ਦੀ ਭਾਸ਼ਾ ਇੱਕ ਤਾਂ ਇੰਨੀ ਜ਼ਿਆਦਾ ਗੰਦੀ ਹੁੰਦੀ ਆ ਸ਼ਹੀਦਾਂ ਸਿੰਘਾਂ ਦੀ ਸ਼ਾਨ ਦੇ ਖਿਲਾਫ ਹੁਣ ਮੈਂ ਤੁਹਾਨੂੰ ਇਗਜ਼ਾਮਪਲ ਆ ਦੋ ਤਿੰਨ ਮੈਂ ਪੜ੍ਹ ਕੇ ਸੁਣਾਉਣਾ ਵਾ ਮੈਨੂੰ ਸਕਰੀਨਸ਼ੋਟ ਕੱਢ ਕੇ ਦਿਓ ਅਤੇ ਮੈਸੇਜ ਕਰ ਦਿਓ ਹਾਂਜੀ ਮਾਫ਼ੀ ਚਾਹੁੰਦਾ ਜੀ ਫੋਨ ਆ ਗਿਆ ਸੀਗਾ ਹੁਣ ਆ ਇੱਕ ਨੇ ਪੋਸਟ ਪਾਈ ਆ ਕਹਿੰਦਾ ਵੀ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਉਹਨਾਂ ਲੋਕਾਂ ਨੂੰ ਰੱਬ ਵਾਲਾ ਭੇਤ ਸਮਝਾ ਰਹੇ ਹਨ ਕਹਿੰਦਾ ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਵੀ ਨਹੀਂ ਸਮਝਾ ਸਕੇ ਦੱਸੋ ਗੁਰੂ ਨਾਨਕ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਗੁਰੂ ਨਾਨਕ ਪਾਤਸ਼ਾਹ ਨੂੰ ਨੀਵਾਂ ਦਿਖਾ ਰਿਹਾ ਨਾ ਇਹ ਬੰਦਾ ਫਿਰ ਇਹ ਪਾ ਰਿਹਾ ਕਹਿੰਦਾ ਧਾਰਮਿਕ ਅਸਥਾਨ ਕਹਿੰਦਾ ਕੁਛ ਵੀ ਨਹੀਂ ਹੈਗੇ ਸਿਰਫ ਇੱਕ ਧੰਦਾ ਹੈ ਦੱਸੋ ਦੀਪ ਸਿੰਘ ਖਾਲਸਾ ਫੌਜ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਾਧ ਸੰਗਤ ਜੀ ਆਓ ਫਿਰ ਦੋ ਚਾਰ ਮਿੰਟ ਗੱਲਬਾਤ ਕਰੀਏ ਆਪਾਂ
जिहड़ा एक मसंद लोग जिहड़े आगे बाबा दीप सिंह जी दे बारे भाई मनी सिंह जी दे बारे संत बाबा जरनैल सिंह खालसा पिंडरां वाले महापुरशां दे बारे माड़ा चंगा बोलिया। जिहड़ा सब तो पहला तो मैं ये कहना चाहुंदा आ कि साढ़े पंथ दे विच जिहड़े अखौती प्रचारक आ इन्हां ने इहो जिहे लोग घर घर दे विच पैदा कर दिते गए आ जिहड़ा कि 10 कु बंदे इकट्ठे करके ते बह जांदे आ ते उहनां नूं आपो अपणियां मत अनुसार गल्लां बातां सुणाउंदे रहिंदे आ वध तों वध। मुड़ के जदों पता लगदा 2-4 महीने हो गए आ लोग साडी गल सुण लै पए आ सोशल मीडिया उत्ते वी सानूं जस जस वाहिगुरू वाहिगुरू ठीक आ जी ठीक आ इदां कहिण लै पए आ ते उदों साडे नाल लोग सहमत हो गया ते हुण असीं जो मर्जी सोशल मीडिया उत्ते बकवास कर सकदे आ। अपने मन घड़त कहानियां अपनी बुद्धि अनुसार बकवास करना इहो जिहे लोगों का एक टीचा बन गया आ। बहुत सारा इहो जिहे लोगों ने पखंडवाद बना दिता आ साढ़े पंजाब दे विच खास करके, क्योंकि जिहड़ियां जथेबंदियां साडियां वड्डियां वड्डियां सरमौर जथेबंदियां आ उहनां दा तां वेल है नहीं गा इहो जिहे बंदियां नूं नत्थ पाउण नूं, ते जिहड़े साडे आम सिंघ वीर जिहड़े आ ਉਹ ਇਹੋ ਜਿਹੇ ਬੰਦਿਆਂ ਨੂੰ ਫੜ ਕੇ ਅਤੇ ਸੋਧਾ ਲਾਉਂਦੇ ਆ ਅਤੇ ਕਾਨੂੰਨੀ ਕਾਰਵਾਈ ਵੀ ਕਰਦੇ ਆ। ਅਤੇ ਜਿਹੜੀ ਇਹ ਸਿੰਘਾਂ ਨੇ ਕੀਤੀ ਆ ਤਾਂ ਮੈਂ ਇਹਨਾਂ ਸਿੰਘਾਂ ਨੂੰ ਸਲਾਮ ਕਰਦਾ ਸਲੂਟ ਕਰਦਾ ਇਹੋ ਜਿਹੇ ਸਿੰਘਾਂ ਨੂੰ। ਇਹੋ ਜਿਹੇ ਸਿੰਘਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਮਨ ਨਿਰਮਲ ਹੋ ਜਾਂਦਾ ਆ। ਹੁਣ ਅਸਲ ਸੱਚਾਈ ਸੁਣੋ, ਉਹ ਬੰਦੇ ਨੇ ਕਿਹਾ ਕੀ ਆ। ਉਸ ਬੰਦੇ ਨੇ ਇਹ ਕਹੀ ਹੈ ਗੱਲ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਆ, ਜਿਹੜੇ ਕਿ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹਨਾਂ ਦੀ ਤਸਵੀਰ ਕਿਉਂ ਲਾਈ ਜਾਂਦੀ ਆ, ਇੱਕ ਸ਼ਹੀਦ ਨੂੰ ਇਹ ਗੁਰੂ ਦੇ ਨਾਲ ਤੁਸੀਂ ਕਿਉਂ ਜੋੜਦੇ। ਇਹਨੂੰ ਮੂਰਖ ਨੂੰ ਪੁੱਛੇ ਗੁਰੂ ਜਿਹੜਾ ਆ ਗੁਰੂ ਵੀ ਆ ਅਤੇ ਗੁਰੂ ਜਿਹੜਾ ਉਹ ਸ਼ਹੀਦ ਵੀ ਆ। ਜਿਹੜੇ ਬਾਬਾ ਦੀਪ ਸਿੰਘ ਮਹਾਰਾਜ ਆ ਮਹਾਂਪੁਰਸ਼ ਆ ਸਾਡੇ ਕੌਮ ਦੇ ਯੋਧੇ ਆ, ਇੱਕ ਅਮਰ ਸ਼ਹੀਦ ਆ ਜਿਨ੍ਹਾਂ ਨੂੰ ਸੱਚਖੰਡ ਵਿੱਚ ਮਹਾਰਾਜ ਨੇ ਥਾਂ ਦਿੱਤੀ ਆ, ਬਰਾਜੇ ਆ ਸੱਚਖੰਡ ਦੇ ਵਿੱਚ, ਜਿਨ੍ਹਾਂ ਨੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਆ ਕਿ ਆਪਣਾ ਸੀਸ ਹੱਥ ਦੀ ਤਲੀ ਦੇ ਉੱਤੇ ਰੱਖ ਕੇ ਅਤੇ ਜੰਗ ਕੀਤੀ ਆ ਅਤੇ ਮੁਗਲਾਂ ਦੇ ਤੁਰਕਾਂ ਦੇ ਆਹੂ ਲਾਏ ਆ, ਅਤੇ ਉਹਨਾਂ ਨੇ ਉਹਨਾਂ ਵੱਲ ਸ਼ੀਸ਼ ਹੱਥ ਦੇ ਫੜਿਆ ਵੇਖ ਕੇ ਹੀ ਭੱਜ ਗਏ ਆ, ਅਤੇ ਜਿਨ੍ਹਾਂ ਨੇ ਮੌਤ ਨੂੰ ਅਤੇ ਹੋਣੀ ਨੂੰ ਲਲਕਾਰਿਆ ਗਾੜੀਆਂ। ਅਤੇ ਇਹੋ ਜਿਹੇ ਕੁੱਤੇ ਬੰਦੇ, ਇਹੋ ਜਿਹੇ ਹਰਾਮ ਜ਼ਿਆਦੇ ਬੰਦੇ, ਜਿਹੜੇ ਗੰਦੇ ਮੰਦੀ ਸੋਚ ਵਾਲੇ ਵਿਸ਼ਟਾ ਖਾਣ ਵਾਲੇ ਬੰਦੇ ਜਿਹੜੇ ਆ ਉਹ ਅੱਜ ਸਾਡੇ ਸਿੱਖ ਕੌਮ ਦੇ ਵਿੱਚ ਭਾਰੀ ਨੁਕਸਾਨ ਕਰਨ ਡਏ ਆ। ਇਹਨੂੰ ਪੁੱਛਿਆ ਜਾਵੇ ਹਰਾਮਜ਼ਾਦੇ ਨੂੰ ਵੀ ਤੂੰ ਇਹ ਦੱਸ ਵੀ ਤੂੰ ਪੰਥ ਨੂੰ ਤੇਰੀ ਕੀ ਦੇਣ ਆ, ਤੂੰ ਅੱਜ ਤੱਕ ਗੱਲਾਂ ਡਿਆ ਕਰਨ ਸੋਸ਼ਲ ਮੀਡੀਆ 'ਤੇ ਬਕਵਾਸ ਡਿਆ ਕਰਨ, ਤੇਰੀ ਕੀ ਦੇਣ। ਇੱਕ ਨੌ ਚੀਚੀ ਵੱਢ ਕੇ ਨੇ ਇਸ ਬੰਦੇ ਨੇ ਜਾਂ ਹੋਰ ਕਿਸੇ ਬੰਦੇ ਨੇ ਦਿੱਤੀ, ਅਤੇ ਵੱਧ ਤੋਂ ਵੱਧ ਕੌਮ ਦੇ ਵਿੱਚ ਬਕਵਾਸ ਕਰਨ ਵਾਸਤੇ ਆ ਜਾਂਦੇ, ਫਿਰ ਕੀ ਮਿਲਦਾ? ਜੁੱਤੀਆਂ। ਅਤੇ ਜਿਹੜਾ ਸਿੰਘਾਂ ਨੇ ਮਤਲਬ ਬੜੇ ਹਿਸਾਬ ਦੇ ਨਾਲ ਸੋਧਾ ਲਾਇਆ, ਇਹੋ ਜਿਹੇ ਬੰਦਿਆਂ ਦਾ ਇਹੋ ਹੀ ਹਸ਼ਰ ਹੋਣਾ ਚਾਹੀਦਾ ਆ। ਇਹਨੂੰ ਪੁੱਛਿਆ ਜਾਵੇ ਕਿ ਸਾਡੇ ਆਪਣੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਾਡੇ ਸ਼ਹੀਦ ਮਹਾਂਪੁਰਸ਼ ਆ ਜਿਨ੍ਹਾਂ ਨੇ 33 ਤਵੀਂ ਉੱਤੇ ਬੈਠ ਕੇ ਸ਼ਹੀਦਾਂ ਦਾ ਖਿਤਾਬ ਪ੍ਰਾਪਤ ਕੀਤਾ ਆ, ਅਤੇ ਉਸ ਸਮੇਂ ਤੋਂ ਲੈ ਕੇ ਅਤੇ 10ਵੇਂ ਪਾਤਸ਼ਾਹ ਤੱਕ ਪਤਾ ਨਹੀਂ ਸ਼ਹੀਦੀਆਂ ਅਤੇ ਕੁਰਬਾਨੀਆਂ ਕਿੰਨੀਆਂ ਪੰਥ ਵਿੱਚ ਸ਼ਹੀਦਾਂ ਸਿੰਘਾਂ ਅਤੇ ਗੁਰੂਆਂ ਨੇ ਸਾਡਿਆਂ ਨੇ ਕੀਤੀਆਂ ਆ, ਅਤੇ ਸਾਨੂੰ ਇਹ ਭੁੱਲਣੀਆਂ ਨਹੀਂ ਚਾਹੀਦੀਆਂ। ਮਤਲਬ ਇੱਦਾਂ ਦੀਆਂ ਬੜੀਆਂ ਬੇਤੁਕੀਆਂ ਬੇਸਿਰ ਪੈਰੀਆਂ ਗੱਲਾਂ ਜਿਹੜੀਆਂ ਨੇ ਉਹ ਇਹ ਲੋਕ ਕਰਦੇ ਨੇ। ਜਿਵੇਂ ਬਿਲਕੁਲ ਆ ਤੁਸੀਂ ਪੁਸ਼ਪਿੰਦਰ ਸਿੰਘ ਜਿਹੜੇ ਤੁਹਾਡੀਆਂ ਅਤੇ ਜਿੰਦ ਬਡਾਲੀ ਭੈਣ ਦਲੇਰ ਕੌਰ ਦੀਆਂ ਫੋਟੋਆਂ ਐਡਿਟ ਕਰਦੇ ਨੇ, ਬਿਲਕੁਲ ਇਹਦੇ ਬਾਰੇ ਵੀ ਗੱਲ ਕਰਨੀ ਆ। ਪਹਿਲਾਂ ਮੈਂ ਇਹਨਾਂ ਬਾਰੇ ਗੱਲ ਕਰਨਾ ਜਿਹੜੇ ਆਪਣੀਆਂ ਅਸਲ ਆਈਡੀਆਂ ਤੋਂ ਸ਼ਹੀਦਾਂ ਸਿੰਘਾਂ ਦੀ ਸ਼ਾਨ ਦੇ ਖਿਲਾਫ਼ ਜਾਂ ਇੱਦਾਂ ਦੇ, ਦੇਖੋ ਤਰਕ ਕਰਨਾ ਮਾੜੀ ਗੱਲ ਨਹੀਂ, ਤਰਕ ਕਰਨਾ ਚਾਹੀਦਾ। ਤਰਕ ਜੇ ਤੁਹਾਡਾ ਕਿਤੇ ਵਿਚਾਰ ਨਹੀਂ ਰਲਦਾ, ਜੇ ਤੁਹਾਨੂੰ ਕਿਤੇ ਕੁਛ ਵਿਚਾਰ ਨਾਲ ਤੁਸੀਂ ਸਹਿਮਤ ਹੋ, ਤਰਕ ਕਰੋ। ਪਰ ਤਰਕ ਦੇ ਵਿੱਚ ਵੀ ਤੁਹਾਡਾ ਭਾਸ਼ਾ ਤੁਹਾਡੀ ਜਿਹੜੀ ਉਹ ਸਭਿਕ ਹੋਣੀ ਚਾਹੀਦੀ ਆ, ਸਤਿਕਾਰ ਕਾਇਮ ਰਹਿਣਾ ਚਾਹੀਦਾ। ਤੁਸੀਂ ਮੰਨ ਲਓ ਕਿਸੇ ਧਰਮ ਦੇ ਉੱਪਰ ਟਿੱਪਣੀ ਵੀ ਕਰਦੇ ਹੋ, ਤੁਸੀਂ ਸਵਾਲ ਵੀ ਕਰਦੇ ਹੋ ਕਿਸੇ ਧਰਮ ਨੂੰ, ਉਹਦੀ ਮਰਿਆਦਾ ਨੂੰ, ਉਹਦੇ ਸਿਧਾਂਤਾਂ ਨੂੰ, ਉਹਦੇ ਵਿੱਚ ਤੁਹਾਡੀ ਭਾਸ਼ਾ ਸਭਿਕ ਹੋਣੀ ਚਾਹੀਦੀ ਆ। ਪਰ ਇਹਨਾਂ ਲੋਕਾਂ ਦੀ ਸੋਚ ਇੰਨੀ ਗੰਦੀ ਹੋਈ ਆ, ਇੰਨੀ ਨੀਵੀਂ ਸੋਚ ਆ ਇਹਨਾਂ ਲੋਕਾਂ ਦੀ, ਇਹਨਾਂ ਲੋਕਾਂ ਨੂੰ ਸੁਣ ਸੁਣ ਕਰਕੇ ਕਿ ਇਹ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ। ਗੁਰੂ ਪਾਤਸ਼ਾਹਾਂ ਨੂੰ ਨੀਵਾਂ ਦਿਖਾਉਂਦੇ ਨੇ, ਸ਼ਹੀਦਾਂ ਸਿੰਘਾਂ ਨੂੰ ਨੀਵਾਂ ਦਿਖਾਉਂਦੇ ਨੇ, ਸ਼ਹਾਦਤਾਂ ਨੂੰ ਨਿੰਦੇ ਨੇ, ਕਹਿੰਦੇ ਨੇ ਵੀ ਹੋਈਆਂ ਹੀ ਨਹੀਂ, ਜਿਵੇਂ ਕੱਲ੍ਹ ਨਿਮਾਣੇ ਵਾਲੀ ਘਟਨਾ
ਤੁਸੀਂ ਦੇਖੀ ਹੋਣੀ ਆ ਵੀ ਉਹ ਕਿੰਨਾ ਗਲਤ ਬੋਲਦਾ ਸੀ ਬਾਬਾ ਦੀਪ ਸਿੰਘ ਜੀ ਦੇ ਬਾਰੇ। ਸੋ ਇਹ ਲੋਕਾਂ ਨੂੰ ਸਾਨੂੰ ਆਇਡੈਂਟੀਫਾਈਡ ਕਰਨ ਦੀ ਲੋੜ ਆ, ਇਹਨਾਂ ਲੋਕਾਂ ਨੂੰ ਫੜ ਕੇ ਇਹਨਾਂ ਤੇ ਬਣਦੀਆਂ ਕਾਨੂੰਨੀ ਕਾਰਵਾਈਆਂ ਕਰਾਉਣ ਦੀ ਲੋੜ ਆ। ਇਕੱਠੇ ਹੋ ਕੇ ਇਹਨਾਂ ਸੋਚੋ ਵੀ ਕੋਈ ਕਰੇ ਆ ਕੇ, ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈਗੀ, ਜਾਂ ਸੋਚੋ ਕੋਈ ਜਥੇਬੰਦੀ ਆਵੇ ਜਾਂ ਪਰਮਜੀਤ ਸਿੰਘ ਅਕਾਲੀ ਇਕੱਲਾ ਕਰੇ ਜਾਂ ਇਹ ਸਿੰਘ ਸਾਰੇ ਇਕੱਲੇ ਕਰਨ, ਕਿਸੇ ਇੱਕ ਦਾ ਫਰਜ਼ ਨਹੀਂ ਹੈਗਾ। ਹੋ ਗਈ ਲਿਸਟ ਪੂਰੀ ਸਾਰੀ? ਸਾਰੇ ਹੋ ਗਏ? ਕਿੰਨੇ ਹੋ ਗਏ? ਸੋ ਪਾਠੀ ਸਿੰਘਾਂ ਦੀ ਲਿਸਟ ਵੀ ਜਿਹੜੀ ਆ ਉਹ ਤਿਆਰ ਨਾਲ ਸਿੰਘ ਕਰ ਰਹੇ ਨੇ। ਰਾਸ਼ਨ ਦੀ ਸੇਵਾ ਤੁਹਾਨੂੰ ਪਤਾ ਹੀ ਹੈ ਚੱਲਦੀ ਹੈ ਜੀ, ਉਹ ਨਾਲ ਬੈਠੇ ਕਰ ਰਹੇ ਸੀਗੇ ਅਤੇ ਮੇਰੇ ਮਨ 'ਚ ਵਿਚਾਰ ਸੀ ਕਿ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਹੁਣ ਗੱਲ ਕਰਦੇ ਹਾਂ ਫੇਕ ਆਈਡੀਆਂ ਦੀ, ਜਿਹੜੀਆਂ ਆਈਡੀਆਂ ਬਣਾ ਕਰਕੇ ਉਹ ਸ਼ਹੀਦਾਂ ਸਿੰਘਾਂ ਦੀਆਂ ਫੋਟੋਆਂ ਐਡਿਟ ਕਰਦੇ ਨੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀਆਂ ਫੋਟੋਆਂ ਐਡਿਟ ਹੋਈਆਂ, ਉਹਨਾਂ ਦੀ ਸਿੰਘਣੀ ਦੀਆਂ, ਉਹਨਾਂ ਦੀ ਪੋਤਰੀ ਦੀਆਂ, ਜਿਹੜੀਆਂ ਪ੍ਰਚਾਰਕ ਸਾਡੀਆਂ ਭੈਣਾਂ ਨੇ ਬੀਬੀ ਦਲੇਰ ਕੌਰ ਹੋ ਗਈ ਜਿਵੇਂ, ਉਹਦੀਆਂ ਫੋਟੋਆਂ ਐਡਿਟ ਹੋਈਆਂ। ਚਲੋ ਸਾਡੀਆਂ ਵੀ ਫੋਟੋਆਂ ਐਡਿਟ ਕਰਦੇ ਨੇ, ਮੇਰੀਆਂ ਵੀ ਬੜੀਆਂ ਫੋਟੋਆਂ ਇਹਨਾਂ ਨੇ ਐਡਿਟ ਕੀਤੀਆਂ। ਚਲੋ ਸਾਡਾ ਤਾਂ ਕੋਈ ਚੱਕਰ ਨਹੀਂ ਜੀ, ਅਸੀਂ ਤਾਂ ਕੋਈ ਐਡੇ ਵੱਡੇ ਕੋਈ ਸ਼ਖਸੀਅਤ ਨਹੀਂ ਹੈਗੇ, ਕੋਈ ਐਡਾ ਕੋਈ ਆਗੂ ਨਹੀਂ ਹੈਗੇ, ਇੱਕ ਸੇਵਾਦਾਰਾਂ ਨੇ ਮਾਣੇ ਜੇ। ਸੋ ਸਾਡੀਆਂ ਜੇ ਫੋਟੋਆਂ ਐਡਿਟ ਕਰਦੇ ਵੀ ਨੇ ਤਾਂ ਮੈਨੂੰ ਲੱਗਦਾ ਨਹੀਂ ਵੀ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਸੱਚ ਬੋਲਦੇ ਹਾਂ, ਬੋਲਦੇ ਰਹਿਣਾ, ਅਸੀਂ ਤਾਂ ਕੁੱਕਰ ਹਾਂ ਗੁਰੂ ਦੇ, ਅਸੀਂ ਤਾਂ ਹੋਕਾ ਦੇਣਾ ਦਿੰਦੇ ਰਹਿਣਾ, ਜੋ ਮਰਜ਼ੀ ਇਹ ਕਰੀ ਜਾਣ। ਪਰ ਕੌਮ ਦੇ ਸ਼ਹੀਦਾਂ ਦੀਆਂ ਫੋਟੋਆਂ ਐਡਿਟ ਕਰਨੀਆਂ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀਆਂ, ਭੈਣ ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਦੀ ਬੱਚੀ ਦੀਆਂ ਫੋਟੋਆਂ ਐਡਿਟ ਕੀਤੀਆਂ, ਸੰਤਾਂ ਦੇ ਪਰਿਵਾਰ ਦੀਆਂ ਫੋਟੋਆਂ ਐਡਿਟ ਕੀਤੀਆਂ, ਸੰਤਾਂ ਦੀਆਂ ਕੀਤੀਆਂ, ਹੋਰ ਸ਼ਹੀਦ ਸਿੰਘਾਂ ਦੀਆਂ ਕੀਤੀਆਂ, ਇਹ ਬੜਾ ਮੰਦਭਾਗਾ। ਅਤੇ ਇਹਦੇ ਵਾਸਤੇ ਵੇਖੋ ਕਿਸੇ ਇੱਕ ਦਾ ਫਰਜ਼ ਨਹੀਂ ਹੈਗਾ ਵੀ ਕੋਈ ਇੱਕ ਜਥੇਬੰਦੀ ਜਾਂ ਕੋਈ ਇੱਕ ਬੰਦਾ ਉੱਠ ਕੇ ਇਹਨਾਂ ਦੇ ਖਿਲਾਫ ਐਕਸ਼ਨ ਲਵੇ, ਇਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ। ਸੋਸ਼ਲ ਮੀਡੀਆ ਦੇ ਉੱਤੇ ਹੋਰ ਵੀ ਤਾਂ ਇੰਨੇ ਇੰਨੇ ਕੰਮ ਕਰਦੇ ਹੀ ਹੋ, ਇਹ ਕਿਉਂ ਨਹੀਂ ਕਰਦੇ ਵੀ ਜਿਹੜੇ ਨਿੰਦਕ ਨੇ ਇਹਨਾਂ ਨੂੰ ਰੱਸਾ ਪਾਉਣ ਵਾਸਤੇ, ਨੱਤ ਪਾਉਣ ਵਾਸਤੇ ਆਪੋ ਆਪਣੇ ਇਲਾਕਿਆਂ ਦੇ ਜਾ ਕੇ ਸਾਈਬਰ ਕ੍ਰਾਈਮ ਦੇ ਜਾ ਕੇ ਤੁਸੀਂ ਇਹਨਾਂ ਆਈਡੀਆਂ 'ਤੇ ਕੰਪਲੇਂਟਾਂ ਕਰ ਸਕਦੇ ਹੋ। ਜੇ ਆਪਾਂ ਹਰ ਜ਼ਿਲ੍ਹੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਸਾਈਬਰ ਕ੍ਰਾਈਮਾਂ ਦੇ ਜਾ ਕੇ ਇਹਨਾਂ ਦੇ ਖਿਲਾਫ ਦਰਖਾਸਤਾਂ ਦੇਵਾਂਗੇ ਤਾਂ ਕੋਈ ਨਾ ਕੋਈ ਕਿਤੇ ਨਾ ਕਿਤੇ ਤਾਂ ਕਾਰਵਾਈ ਹੋਊਗੀ ਨਾ। ਅਤੇ ਜਦੋਂ ਕਾਰਵਾਈ ਹੋਊਗੀ ਤਾਂ ਫੜ ਤਾਂ ਹੋਣਗੇ ਹੀ, ਬੰਦੇ ਹੀ ਨੇ ਆਖਰ, ਤਾਂ ਬੰਦੇ ਹੀ ਬੈਠੇ ਨੇ ਆਖਰ, ਜਿਹੜੇ ਵੀ ਇਹ ਵਿਰੋਧੀ ਪੰਥ ਵਿਰੋਧੀ ਨੇ, ਬੇਸ਼ੱਕ ਉਹ ਨੇਕੀ ਨੂੰ ਸੁਣਦੇ ਨੇ, ਢੱਡੀਆਂ ਨੂੰ ਸੁਣਦੇ ਨੇ, ਜਿਹਨੂੰ ਵੀ ਸੁਣਦੇ ਨੇ, ਆਖਰ ਹੈ ਤਾਂ ਉਹਨਾਂ ਦੇ ਚੇਲੇ ਚਪਟੇ ਬੰਦੇ ਹੀ ਇਨਸਾਨ ਹੀ ਨਾ, ਅਤੇ ਕਿਤੇ ਨਾ ਕਿਤੇ ਤਾਂ ਬੈਠੇ ਹੋਣਗੇ, ਸੋ ਫੜ ਹੋ ਜਾਣਗੇ। ਬਾਬੇ ਦੀਪ ਸਿੰਘ ਵਿੱਚ ਅਤੇ ਸ਼ਹੀਦਾਂ ਸਿੰਘਾਂ ਦੇ ਵਿੱਚ ਕੋਈ ਫਰਕ ਹੁੰਦਾ ਆ, ਜਾਂ ਗੁਰੂ ਦੇ ਵਿੱਚ ਕੋਈ ਫਰਕ ਆ? ਜਿਨ੍ਹਾਂ ਨੇ ਬਾਣੀ ਲਿਖੀ ਆ, ਗ੍ਰੰਥ ਪੰਥ ਲਿਖੇ ਆ, ਜਿਨ੍ਹਾਂ ਨੇ ਕੌਮ ਦੀ ਖਾਤਰ ਇੱਕ ਯੋਧਿਆਂ ਨੇ ਇੱਕ ਮਿਸਾਲ ਕਾਇਮ ਕੀਤੀ ਆ, ਜੰਗ ਕਰਕੇ ਦਿਖਾਈ ਆ, ਜੰਗ ਨੂੰ ਜਿੱਤ ਕੇ ਵਿਖਾਇਆ ਆ, ਧੀਆਂ ਭੈਣਾਂ ਦੀਆਂ ਇੱਟਾਂ ਬਚਾਈਆਂ ਆ, ਧੀਆਂ ਭੈਣਾਂ ਦੇ ਡੋਲੇ ਬਚਾਏ ਆ, ਇਹੋ ਜਿਹੇ ਕੁੱਤੇ ਬੰਦੇ ਬਕਵਾਸ ਕਰਨ ਵਾਸਤੇ ਆ ਜਾਂਦੇ ਆ, ਅਤੇ ਆਹ ਜਿਹੜੇ ਆਪਣੇ ਵੀਰ ਭਰਾ ਸੋਸ਼ਲ ਮੀਡੀਆ 'ਤੇ ਆਪਾਂ ਰਲ ਮਿਲ ਕੇ ਸਾਰੇ ਜਣੇ ਪ੍ਰਚਾਰ ਕਰਨ ਡੇ ਸਿੱਖੀ ਦਾ, ਸਿੱਖੀ ਦਾ ਪ੍ਰਚਾਰ ਆਪਾਂ ਕਰਦੇ ਹਾਂ ਸਾਰੇ ਰਲ ਮਿਲ ਕੇ, ਬਹੁਤ ਵਧੀਆ ਗੱਲ ਆ, ਕਿਉਂਕਿ ਸਾਡੇ ਜਿਹੜੇ ਵੀਰ ਭਰਾ, ਸਾਡੀ ਕੌਮ ਜਿਹੜੀ ਸੁੱਤੀ ਆ ਨਾ, ਇਹ ਜਾਗਣ ਡਈ ਆ ਦਿਨ ਰਾਤ, ਇਹ ਕੌਮ ਜਾਗ ਰਹੀ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅਜੇ ਤੁਹਾਡੇ ਕੋਲ ਵੀਡੀਓ ਸ਼ੇਅਰ ਨਹੀਂ ਹੋ ਰਹੀ, ਤੁਸੀਂ ਜਿੰਨੇ ਵੀ ਆ ਮੇਰੇ ਵੀਰ ਭਰਾ ਦੇਖ ਰਹੇ ਆ, ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਜੋ ਸਾਡੀ ਕੌਮ ਜਿਹੜੀ ਸੁੱਤੀ ਆ ਜਾਗ ਜਾਵੇ। ਸਾਡੇ ਪੰਥ ਦੇ ਵਿੱਚ ਕੋਈ ਵੀ ਕਾਰਜ ਸਿੰਘ ਸਵੈਨ ਕਰਦੇ ਆ ਨਾ ਇੱਦਾਂ ਦਾ, ਤਾਂ ਉਹ ਸਮਝ ਲਓ ਵੀ ਉਹ ਆਪਾਂ ਹੀ ਕੀਤੇ ਸਾਰੇ ਕਾਰਜ, ਅਤੇ ਸਾਨੂੰ ਆਪਣੇ ਪੰਥ ਦੇ ਵਿੱਚ ਜਾਗ ਕੇ ਰਹਿਣਾ ਚਾਹੀਦਾ ਆ। ਸਾਡੇ ਪੰਥ ਦੇ ਉੱਤੇ, ਸਾਡੇ ਗ੍ਰੰਥ ਉੱਤੇ, ਸਾਡੇ ਮਹਾਂਪੁਰਸ਼ਾਂ ਉੱਤੇ, ਸਾਡੇ ਸ਼ਹੀਦਾਂ ਸਿੰਘਾਂ ਉੱਤੇ, ਗੁਰੂਆਂ ਉੱਤੇ ਜਦੋਂ ਕੋਈ ਬੋਲਦਾ ਉਹਨੂੰ ਸੋਧਾ ਲਾਉਣ ਵਾਸਤੇ ਤਿਆਰ ਰਿਹਾ ਕਰੋ, ਪਹਿਲਾਂ ਆਪ ਸੋਧਾ ਚੰਗੀ ਤਰ੍ਹਾਂ ਲਾ ਲਿਆ ਕਰੋ, ਪਹਿਲਾਂ ਆਪ ਦੱਬ ਕੇ ਕੁੱਟ ਇਹੋ ਜਿਹੇ ਬੰਦਿਆਂ ਨੂੰ ਕੁੱਟ ਲਿਆ ਕਰੋ, ਅਤੇ ਫੇਰ ਜਾ ਕੇ ਪੁਲਿਸ ਦੇ ਹਵਾਲੇ ਕਰਿਆ ਕਰੋ, ਕਿਉਂਕਿ ਜੇਕਰ ਧੜਕਦਾ ਦਿਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੁੰਦੇ ਤਾਂ ਹੁਣ ਇਹ ਬੰਦੇ ਦੇ ਟੋਟੇ ਟੋਟੇ ਕਰਕੇ ਤਾਂ ਬੋਰੀ ਵਿੱਚ ਪਾ ਕੇ ਤਾਂ ਕਿਸੇ ਨਾ ਕਿਸੇ ਦਰਿਆ ਦੇ ਸੁੱਟਿਆ ਹੋਣਾ ਸੀ। ਸਾਨੂੰ ਵੀਰੋ ਜਾਗਣ ਦੀ ਲੋੜ ਆ, ਸਾਡਾ ਜਿਹੜਾ ਗੁਰੂ ਆ, ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਇਹੋ ਸਾਡਾ ਮਾਤਾ ਆ ਅਤੇ ਇਹੋ ਸਾਡਾ ਪਿਤਾ ਆ, ਸਾਨੂੰ ਜਾਗਣ ਦੀ ਲੋੜ ਆ ਵੱਧ ਤੋਂ ਵੱਧ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਯਾਦ ਕਰ ਲਈਏ ਨਾ, ਤਾਂ ਸਾਡੇ ਦਿਲਾਂ ਦੇ ਵਿੱਚ ਹੀ ਵੱਸਦੇ ਆ, ਸਾਡੇ ਦਿਲਾਂ ਦੇ ਵਿੱਚ ਹੀ ਰਾਜ ਕਰਦੇ ਆ।
की हो गया, शहीद हो गया, शहीद हो गए, अमर शहीद हो गया, सचखंड बराज गए, फिर की आ उन्होंने उत्तों तहूँ भी सीध लैनी चाहिए आ। एदा बकरियां भेडा बनिया नहीं सरना। वो सिख कौम के वारस हो, वह बाबे दीप सिंह के वारस हो, वह बाबे हरी सिंह नलू के वारस हो। ये तुहानू शेर बन के रहना पैना आ। तीन तीन फुटियां कृपाना पा के कलगीधर पातशाह ने गिदड़ा तो शेर बनाए आ। अज आप टिक टोंक तुरे फिरते हैं वीरो जवानों। मैं उन्होंने बजुर्गों का धन्यवाद करता जेडे बजुर्ग गए आ जिन्होंने अपने जिन्होंने गुरुआ के महापुरशों शहीदा सिंह प्रेम आ उन्होंने जाके दरवाजा खड़काया तो उस मसंत घरों क्ड के तो वह सौदा लाया। बहुत ज़्यादा वधिया कार्ज किया उन्होंने इंसानों ने वीर ने भरावान ने सिंह ने जिन्होंने मैं कोट कोट प्रणाम करता हाँ। तो यहोजे सिंह कलगीधर पातशाह जी अगे बेनती करता हाँ कि यहोजे सिंह चंगी सोच वाले महाराज पैदा कर योजे सिंह भेज योजे सिंह अगे लिया तो जिन्हों का सारी सिख कौम सत्कार करूगी। तो जड़े अपने वीर सुन लेंदे आ चलो सानू की जो मर्जी हुंदा रहे पर वीरो कहिंदे आ भी अखी देख के जहर नहीं खादा जांदा। तो अखी देख के कोई कुटदा होवे जां किसे ते माड़ा चंगा बोलदा होवे तो फिर वह वेख्या नहीं जांदा। जड़ा बंदा वेखदा आ वह नमर्द आ उहनू मर्द नहीं गिणिया जाएगा। तो गल आपां इह करदे आ कि जड़े अखौती प्रचारक आ नेकी वर्गे ढंडरू वर्गे इहोजे बंदे जड़े आ साडे सिख कौम नूं ढा ला रहे आ। जड़ा कि एक मैं अपने जबान दे उत्तों रसना उत्तों बोल नहीं सकदा। एक मूर्ख इंसान ने कुत्ते इंसान ने जड़े कि एक गुरु गोबिंद सिंह महाराज के उत्ते किन्नी गंदी टिप्पणी की मैं इन्नी गल कह नहीं सकदा। सिख कौम वीरो भरावो मैं इन्नी गल कह नहीं सकदा। आप जी नूं पता ही है सारा कि सिंघां ने उहदे उत्ते भी डंडा कसिया ते इस इंसान उत्ते भी डंडा कसिया। जदों भी कोई गलबात कोई माड़ी चंगी करता इगनोर ना करिया करो। जल्दी तो जल्दी तैयारी करके उस बंदे नूं लभो, लभ के तो उहदी गिदड़ कुट चंगी तरह करो। साडियां निहंग सिंघ जथेबंदियां नूं भी थोड़ा बड़ा रज के दब के पहरा रखना चाहिए आ। इगनोर ना करिया करो कि सानू कि चलो हो परा ओ करे आ करे इदां वीर बिल्कुल ना करिया करो। जे साडे कोई दा आउंदा आ बंदा इहो जिहा कोई गंदमंद बोलदा प्रचार गलत करदा तो अं भी उहदा सौदा लावांगे। तो जेकर उन्होंने सौदा लाया तो समझ लो अं सौदा लाया। तो बाकी गल वीरो ये आ सिख कौम सिख धर्म जिहड़े कि इस दे विच रह रहे इंसान वह कभी भी किसी ग्रंथ पंथ ते कि हिंदू दे कि किसी ईसाई धर्म के खिलाफ नहीं बोलते तो ना वो अपने धर्म के खिलाफ बोलते आ। ये जड़े बोलते हैं ना वध घट ये अज इदा दह भी बंदियां दे विच बोलते आ मुड़के सैकड़ियां दे विच बोलते आ मुड़के ये लखां दे विच बोलते आ। जदों इन्हां दी लखां दे विच गिणती हो जाती आ तो साडी सिख कौम नूं रज के दब के ढा लाउंदे आ तो मुड़के गौरमेंट को सिक्योरिटी लै लैंदे आ। जदों गौरमेंट दे कोलों सिक्योरिटी लै लैंदे आ तो गौरमेंट नूं मिठी हुंदी आ वोट भी मैनूं हुण वोटां मिलूगियां तो अं ये वोटां लै के इन्हां बंदियां दी तो अं करांगे कुर्सी उत्ते राज। तो इहोजे बंदियां नूं वध तों वध जदों सिक्योरिटी मिल जाती आ तो मुड़के ये बंदे किसी दे नहीं बनते। ये साडे ग्रंथ पंथ दे संतां महापुरशां दे पीर पैगंबरां नूं इदां ही बदनाम करदे आ तो बदनाम करदे आ रहे आ। इन्हां दे कोलों सचेत होण दी लोड़ आ, वध तों वध सानूं बचण दी लोड़ आ। जिन्ने कि साडे अखौती प्रचारक आ उन्हां नूं बिल्कुल सुनना बंद करो। तो जिहड़े उन्हां दे ये चेले चापटे आ जिथे तुहानूं दा आउंदे आ उत्थे उन्हां दी गिदड़ कुट करो। तो चंगी तरह पहलां आप इन्हां दे अंग सवार लिया करो, इन्हां नूं चंगी तरह इन्हां दी खुरक पहलां ला लिया करो तो फिर जाके कानूनी कार्रवाई करके पुलिस दे हत्थ इन्हां नूं भेजिया करो। तो मैं तो इन्ना ही कहूँगा। तो बाकी सिंघां ने बहुत सारा वधिया कार्ज किया आ बई, बहुत ज़्यादा वधिया कार्ज किया आ। इहो जिहे सिंघ सानूं कलगीधर पातशाह साडे इस पंजाब दे विच इहो जिहे सिंघ दस वी कितें भेजते ना। अव्वल तो गुरु गोबिंद सिंह महाराज ने दस्या आ कि गुरु गोबिंद सिंह महाराज कहिंदे आ कि पंजां सिंघां दे विच मेरा वासा आ, जेकर तू मेरे दर्शन करने आ तो पंजां सिंघां दे विच दर्शन तुसीं मेरे कर सकदे। जिहड़े रहत बैत दे मालक आ, जिहड़े बाणी बाणे दे धारनी आ, जिहड़े कुरैतां तों बचे होए आ, जिहड़े कुरैती जिहड़े कुरैतां करन वाले कुरैतीए सिख आ, महाराज कहिंदे उहनां दे विच मैं वास नहीं करदा। मैं वास करदा अपने सिखां दे विच जिन्हां ने मेरी रहत कमाई आ। रहत प्यारी मुझको सिख नाहीं। कलगीधर पातशाह ने एडे एडे तगड़े बचन इन्नी इन्नी तगड़ी बाणी महाराज ने सानू दिती आ। अं अपना घर छड के दूजे घर झातियां मारते हाँ। जिथे मैं ये गल कहना चाहना हाँ कि जेकर गाई दे इस गाई के थले
अपना वछा छड़ के दुध चुंघना तो दूजी गाय दे कोल जाऊगा तो उतों की मिलूगियाँ उतों मिलूंगी लत्तां ना कि उतों मिलना दुध। तो मैं इन्नी ही गल कहना चाहुंदा आ कि जिन्ने साडे वीर भरा आ सारे दब के प्रचार करो क्योंकि सानू अहीं प्रशासन नूं देख लिया आ प्रशासन उन्ना चिर तक कोई कार्रवाई नहीं करता। सब तो वड्डा साडा प्रशासन आ खालसा पंथ जिहड़ा खालसा पंथ आ उहनूं किसी कोलों भी इजाजत लैण की लोड़ नहीं गी। जेकर साडे धर्म दे साडे कोई ग्रंथ पंथ दे शहीदां सिंघां दे खिलाफ कोई बोलदा आ तो उहो जिहे बंदिआं दे नाल उहो जी आवाज़ उठाउणी चाहीदी आ ते इहो जी आवाज़ बुलंद करनी चाहीदी आ चढ़दी कला वाली। ते बाकी वेखो वीरो खूह दे विच जिद्दां दी आवाज़ मारांगे उदां दी आवाज़ प्रगट होणी आ। ते मैं इहनां च कहना चाहुंदा आ कि वध तों वध सानूं जागण दी लोड़ आ ते जाग के रहीए। ते इहो जे बंदे जिहड़े मूर्ख बंदे आ गलत ढंग दे नाल प्रचार करदे आ गलत ढंग नाल टिप्पणियां करदे आ ये नेकी वर्गे मसंद जिहड़े आ भुखे दुक्कड़ बंदे आ जिहड़े दुक्की दे बंदे भौंकड़ बंदे आ ਉਹ ਵੱਧ ਤੋਂ ਵੱਧ ਪ੍ਰਚਾਰ ਕਰਕੇ ਸਾਡੀ ਸਿੱਖ ਕੌਮ ਨੂੰ ਢਾਹ ਲਾ ਰਹੇ ਆ ਨੀਚਾ ਵਿਖਾ ਰਹੇ ਆ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਸੋਧਣ ਦੀ ਲੋੜ ਆ। ਇੱਦਾਂ ਸੋਧੋ ਜਿੱਦਾਂ ਕਿ ਨਿਹੰਗ ਸਿੰਘ ਸਰਬਲੋਹ ਦੇ ਬਾਟੇ ਨੂੰ ਸੋਧਦੇ ਆ ਇੱਦਾਂ ਸੋਧ ਕੇ ਇਹਨਾਂ ਨੂੰ ਵਿਖਾਓ ਅਤੇ ਸਾਡੇ ਸਿੱਖ ਧਰਮ ਦੇ ਵਿੱਚ ਸਾਡੀਆਂ ਹੀ ਦਸਤਾਰਾਂ ਸਿੰਘਾਂ ਦੀਆਂ ਬੰਨ੍ਹ ਕੇ ਸਾਡੇ ਹੀ ਗੁਰੂ ਸਾਹਿਬ ਦਾ ਅੰਮ੍ਰਿਤ ਬਖਸ਼ਿਆ ਹੋਇਆ ਸ੍ਰੀ ਸਾਹਿਬ ਪਾ ਕੇ ਅਤੇ ਉਹ ਗੁਰੂ ਸਾਹਿਬ ਨੂੰ ਉਹੋ ਗੁਰੂ ਸਾਹਿਬ ਨੂੰ ਭੰਡ ਰਹੇ ਆ ਅਤੇ ਇਹਨਾਂ ਦਾ ਇਲਾਜ ਕੀ ਆ ਇਹਨਾਂ ਦਾ ਪੀਰ ਕੀ ਆ ਇਹਨਾਂ ਦਾ ਡੰਡਾ ਪੀਰ ਆ। ਵੱਧ ਤੋਂ ਵੱਧ ਇਹੋ ਜਿਹੇ ਬੰਦਿਆਂ ਦੀ ਗਿੱਦੜ ਘੁੱਟ ਹੋਣੀ ਚਾਹੀਦੀ ਆ। ਅਤੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੇਖ ਕੇ ਵੀਡੀਓ ਇੱਥੇ ਨਾ ਛੱਡ ਦਿਓ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਕੀ ਮੈਂ ਆਪਣੇ ਜਿਹੜੇ ਸਿੰਘ ਵੀਰ ਗਏ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ। ਪਿੰਡ ਪਿੰਡ ਵਿੱਚ ਥਾਵਾਂ ਥਾਵਾਂ 'ਤੇ ਪੰਜ ਪੰਜ ਸਿੰਘਾਂ ਦਾ ਜਥਾ ਬਣਾ ਕੇ ਅਤੇ ਆਪੋ ਆਪਣੇ ਪੰਜਾਬ ਨੂੰ ਸਾਂਭੋ। ਸਰਕਾਰਾਂ ਨੇ ਪੰਜਾਬ ਨੂੰ ਨਹੀਂ ਸਾਂਭਣਾ ਖਾਲਸੇ ਪੰਥ ਨੇ ਪੰਜਾਬ ਨੂੰ ਸਾਂਭਣਾ ਆ ਅਤੇ ਸਾਨੂੰ ਅੱਜ ਲੋੜ ਆ ਜਾਗਣ ਦੀ ਅਤੇ ਆਪਣੇ ਵੀਰਾਂ ਭਰਾਵਾਂ ਦੇ ਬੱਚਿਆਂ ਬੱਚੀਆਂ ਨੂੰ ਜਗਾਉਣ ਦੀ ਲੋੜ ਆ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤੇ ਹਾਂ ਅਤੇ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਆ ਅਤੇ ਮਾਤਾ ਸਾਹਿਬ ਕੌਰ ਦੀ ਸਾਡੀ ਮਾਤਾ ਆ ਅਤੇ ਸਾਡੇ ਵੀਰ ਭਰਾ ਸਾਡਾ ਜਿਹੜਾ ਵਿਹੜਾ ਆ ਸਾਡਾ ਖਾਲਸਾ ਪੰਥ ਆ ਅਤੇ ਸਾਨੂੰ ਜਾਗਣ ਦੀ ਲੋੜ ਆ। ਇਹੋ ਜਿਹੇ ਬੰਦਿਆਂ ਦਾ ਇਹੋ ਹੀ ਅਸ਼ਰ ਹੋਣਾ ਚਾਹੀਦਾ ਆ ਜਿਹੜਾ ਕਿ ਇਹਨੇ ਕਿਹਾ ਕਿ ਬਾਬੇ ਦੀਪ ਸਿੰਘ ਦੀ ਫੋਟੋ ਕਲਗੀਧਰ ਪਾਤਸ਼ਾਹ ਨਾਲ ਨਹੀਂ ਲੱਗਣੀ ਚਾਹੀਦੀ। ਕਿਉਂ ਨਹੀਂ ਲੱਗਣੀ ਚਾਹੀਦੀ? ਕਲਗੀਧਰ ਪਾਤਸ਼ਾਹ ਮਹਾਰਾਜ ਬਾਬਾ ਦੀਪ ਸਿੰਘ ਆਪ ਹੀ ਹੈ ਸਾਰਾ ਕੁਛ। ਕਲਗੀਧਰ ਪਾਤਸ਼ਾਹ ਆਪ ਹੀ ਹੈ ਸਾਰਾ ਕੁਛ। ਇਹ ਹੈਗੇ ਆ ਅੱਖਾਂ ਦੇ ਅੰਨੇ ਗਿਆਨ ਦੇ ਅੰਨੇ ਇਹਨਾਂ ਨੂੰ ਸ਼ੀਸ਼ਾ ਵਿਖਾਉਣ ਦੀ ਲੋੜ ਆ। ਇਹੋ ਜਿਹੇ ਬੰਦਿਆਂ ਨਾਲ ਇਹੋ ਹੀ ਅਸ਼ਰ ਹੋਣਾ ਚਾਹੀਦਾ ਆ। ਬਹੁਤ ਵਧੀਆ ਸਿੰਘਾਂ ਨੇ ਕਾਰਜ ਕੀਤਾ। ਦੱਬ ਕੇ ਗੱਜ ਕੇ ਰਿਹਾ ਕਰੋ ਸ਼ੇਰ ਬਣ ਕੇ ਰਹੋ ਗਿੱਦੜਾਂ ਦੀ ਨਿਆਈ ਹੋ ਕੇ ਨਹੀਂ ਚੱਲਣਾ ਬੱਬਰ ਸ਼ੇਰ ਬਣ ਕੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਚਲੋ ਜਦੋਂ ਸਾਹਮਣੇ ਕਿਤੇ ਆ ਜਾਂਦੇ ਆ ਤਾਂ ਉਹ ਸੇਵਾ ਤਾਂ ਚਲੋ ਜਿਹੜੀ ਗੁਰੂ ਸਾਹਿਬ ਨੇ ਬਖਸ਼ੀ ਆ ਜਿਵੇਂ ਕੱਲ੍ਹ ਤੁਸੀਂ ਦੇਖਿਆ ਹੀ ਉਹ ਹੋਈ ਇੱਕ ਦੀ ਕੀਤੀ ਸਿੰਘਾਂ ਨੇ ਭਾਈ ਸਤਿੰਦਰ ਸਿੰਘ ਠਿਕਰੀਵਾਲ ਉਹਨਾਂ ਨੇ ਉਹ ਸੇਵਾ ਤਾਂ ਹੋ ਹੀ ਜਾਣੀ ਆ ਉਹ ਬਹੁਤ ਹੀ ਵੱਡੀ ਗੱਲ ਨਹੀਂ ਪਰ ਸਾਨੂੰ ਲੋੜ ਇਹ ਕਰਨ ਦੀ ਆ ਵੀ ਅਸੀਂ ਕਿਉਂ ਨਹੀਂ ਇਕੱਠੇ ਹੋ ਕਰਕੇ ਸਾਰੇ ਜਾਣੇ ਇਹਨਾਂ ਲੋਕਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਦੇ ਇਹ ਕਿਉਂ ਸੋਚਦੇ ਰਹਿੰਦੇ ਹਾਂ ਵੀ ਕੋਈ ਕਰੇ ਆ ਕੇ ਕਿ ਸਾਡਾ ਨਹੀਂ ਫਰਜ਼ ਬਣਦਾ ਕਿ ਸਾਡੇ ਸ਼ਹੀਦ ਨਹੀਂ ਹੋਣ ਸਾਨੂੰ ਪਤਾ ਲੱਗਾ ਸੀਗਾ ਵੀ ਰਈਏ ਲਾਗੇ ਉਹ ਬੰਦਾ ਰਹਿੰਦਾ ਚਲੋ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਪੈਸ਼ਲ ਸਾਰੇ ਸਿੰਘ ਆਏ ਕਹਿੰਦੇ ਜਗਜੀਤ ਸਿੰਘ ਰਿਆੜ ਕਹਿੰਦੇ ਨਿਰਮਲਜੀਤ ਸਿੰਘ ਜੀ ਹੋਰ ਵੀ ਸਿੰਘ ਉਹ ਤੋਂ ਲੋਕਲ ਨੌਜਵਾਨ ਵੀ ਆਏ ਅਤੇ ਸਾਰਿਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਚਲੋ ਪੁਲਿਸ ਨੂੰ ਮਿਲੇ ਪ੍ਰਸ਼ਾਸਨ ਨੂੰ ਅੱਜ ਉਹਨਾਂ ਕੋਲ ਥੋੜ੍ਹਾ ਕੋਈ ਕੇਸ ਸੀ ਵੱਡਾ ਆਇਆ ਉਹਦੇ ਬਾਰੇ ਉਹਨਾਂ ਦਾ ਥੋੜ੍ਹੇ ਉਲਝੇ ਹੋਏ ਸੀਗੇ ਉੱਥੋਂ ਵਿਹਲੇ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਬਾਬਾ ਜੀ ਸ਼ਾਮ ਤੱਕ ਉਹਨੂੰ ਚੱਕ ਕੇ ਲਿਆ ਕੇ ਦਮਦਮੀ ਟਕਸਾਲ ਵੱਲੋਂ ਵੀ ਪ੍ਰਸ਼ਾਸਨ ਨੂੰ ਕਿਹਾ ਗਿਆ ਉੱਧਰੋਂ ਵੀ ਸਿੰਘ ਆਏ ਸੀਗੇ ਸੋ ਸਾਨੂੰ ਉਹਨਾਂ ਆਸ਼ਵਾਸਨ ਦਿੱਤਾ ਕਿ ਸ਼ਾਮ ਤੱਕ ਬਾਬਾ ਜੀ ਚੱਕ ਕੇ ਲਿਆ ਕੇ ਉੱਥੇ ਪਰਚਾ ਕਰਕੇ ਉਹਨੂੰ ਜ਼ਿਲ੍ਹੇ ਤੱਕਾਂਗੇ ਸੋ ਲੋੜ ਬਹੁਤ ਜ਼ਿਆਦਾ ਹੈ ਇਹੋ ਜਿਹੇ ਨਿੰਦਕਾਂ ਨੂੰ ਨੱਥ ਪਾਉਣ ਦੀ ਮੂੰਹ ਬੰਦ ਕਰਨ ਦੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਵੀ ਅਤੇ ਡਾਂਗ ਨਾਲ ਵੀ ਜੇ ਨਹੀਂ ਕਰਦੇ ਫਿਰ ਇਹਨਾਂ ਨੂੰ ਮੂੰਹ ਪੈ ਜਾਣਾ ਇਹਨਾਂ ਨੇ ਸਿੱਧਾ ਕਿੰਤੂ ਹੁਣ ਜਿਵੇਂ ਗੁਰੂ ਸਾਹਿਬਾਨਾਂ 'ਤੇ ਕਰ ਰਹੇ ਨੇ ਸ਼ਹੀਦਾਂ 'ਤੇ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ 'ਤੇ ਵੀ ਕਰਨਗੇ ਕਰ ਵੀ ਰਹੇ ਨੇ ਗੁਰਬਾਣੀ ਦੇ ਉੱਤੇ ਵੀ ਕਿੰਤੂ ਕਰਨ ਲੱਗ ਜਾਣਗੇ ਸੋ ਜਿਹੜਾ ਬੜਾ ਮੰਦਭਾਗਾ ਜਿਹਦੇ ਨਾਲ ਜਿਹੜੀ ਨੌਜਵਾਨੀ ਆ ਉਹ ਇਨਫਲੂਐਂਸ ਹੁੰਦੀ ਆ ਨੌਜਵਾਨੀ ਦੇ ਕਿਉਂਕਿ ਬੱਚੇ ਜਿਹੜੇ ਨੇ ਆਪਣੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ ਨਾ ਉਹ
हुण सोशल मीडिया ते तां लगी रहिंदी आ, होर साधना की वरतों करती पर इतिहास नहीं पढ़ती। अपना इतिहास पढ़ने की कोशिश नहीं करती। जिहड़े दा इतिहास पढ़ते हैं, गुरबाणी पढ़ते हैं, सिद्धांतों नूं समझते हैं, मर्यादा नूं समझते हैं, वो तो कभी अपने गुरु ते किंतु नहीं करनगे, वो कभी तर्क नहीं करनगे, वो कभी नहीं भंडणगे, कभी इहो जी गल नहीं करनगे। पर जिहड़े बच्चे नौजवान जिहड़े ने अनजाण ने इतिहास तो सिख सिद्धांतों तो मर्यादा तो गुरु साहिबाना दे होए वरतारे वरते हुए वरतारियां तो वो फिर कि ना कि भटक जाते हैं, वो शिकार हो जाते हैं इन्हों का, फिर वो भी सोच जी उन्होंने उदा की डिवेलप हो जाती है जी बड़ी मंदभागी। सो सानू सारियां नूं रल मिल करके वेखो किसी एक का काम नहीं है, हर एक नूं कट्ठे हो करके ते आपां नूं हमला मारन दी लोड़ आ, इन्हां निंदकां नूं नत्थ पाउण दी लोड़ आ। जिस तरीके नाल भी कोई सेवा कर सकदा, जे तुसीं मान लो कि बंदा कई हुण अपनी असल आइडिया तों भी बकवास करदे ने, सो जे तुहानूं पता लग जांदा कि वह बंदा इस इलाके का वा, बिल्कुल जी जिहड़े सिंघां ने कार्रवाई की बिल्कुल वधाई दे पात्र ने, बेशक हुण उन्हां ते कार्रवाई हो जाणी आ, उह वी आपां नूं पता ही आ, पर चलो ये किसी ना किसी तो हमला मारना पैना सी। सो जरूरी नहीं, चलो जे तुसीं मान लो डांग वाला पहरा नहीं वरत सकते तो कानूनी प्रक्रिया का सहारा लै लो, इन्नी भी कार्रवाई नहीं होंदी, प्रशासन काम नहीं करता, सब कुछ होंदा, पर तुहानूं तुरना पैंदा, हिम्मत करनी पैंदी आ, किसी भी मंजिल ते पहुँचण वास्ते तुहानूं रस्ता अख्तियार करना पैंदा। पर जे आपां सिर्फ फेसबुक ते बैठे पोस्टां पाई जाइए कि उन्हें माड़ा लिखता जी, उन्हें इदा लिखता जी, फिर तो गल नहीं बननी। हुण जिवें मान लो सानूं पता लगा सी भी रहीए लागे उहदा पिंड आए सारे बेचारे किरती सिंह ने, तो इन्हां नूं बेनती करके अज काम इन्हां दा छड़ाया, होर भी जिहड़े सिंह आए वह भी कम्मां करन वाले सीगे, सारिआं दे कम्म छड़ाए ते कम्म छड़ा के उत्थे जा के ते कार्रवाई कराई, ते कार्रवाई हो जूगी। जे घरे बैठे सोची जाते कही जाते तो गल नहीं सी बननी। सो फर्ज़ बनता अपना सारिआं दा, आपां टाइम जिन्ना भी कढ के कर सकते हैं करके करिया करिए। शहीदां सिंघां दी शान दे विच कोई फर्क नहीं पैना, इन्हां लोकां वल्लों जे फोटो एडिट करके समझदे आ कि जे शान च फर्क पा लैणगे सत्कार घटा लैणगे, घटना नहीं, ना गुरु साहिबाना का घटना, ना प्रचारकों का घटना, वो सरकार कायम ही रहना। पर यह लोगों की जी मानसिकता इन्नी गंदी आ, इनू जनतक करन दी बहुत लोड़ आ, लोगों सामने रखने की लोड़ आ, इन्हां दे चेहरे नंगे करन दी लोड़ आ, ता कि संगत सुचेत होवे, नौजवानी दे विच मैसेज जावे कि ये लोग शरारती। वेखो अजे कोई होर होवे ना बाहरी धर्म का, कोई पंथ विरोधी शक्ति करे, कोई डेरे वाला करे, समझ आता कि हाँ यार वो तो पंथ विरोधी शक्ति आ, वो कोई डेरे ना जुड़े हुए ने, वो किसी होर धर्म के ने, वो किंतु कर रहे ने, वो भंड रहे ने, फिर तो समझ आती आ कि यार दुश्मन आ, दुश्मन का काम आना दुश्मनी निभाना हों, पर अपने आले ही करी जाते हैं, अपने आप में सिख दिख गवाने वाले वेखन च भी सिख लगते हैं। हुण जिहड़ा कल नंबाणा जिहदा मान सत्कार किया कल सिंघां ने, हुण वेखो सिख आ, अमृत छकिया होया सी उहने, उहदे ककार धारण करे हुए सीगे, उह देखो दी सिख वाली सी, गुरबाणी की भी गल करदा सीगा, पर जिहड़ियां गल्लां उह करदा सी जिहदे विच उहने बाबा दीप सिंह जी दी शान दे खिलाफ इन्नी मंदी भाषा बदली वरती, उहने इह कहा कि मैं सत्कार खत्म कर दूंगा बाबा दीप सिंह जी दा कौम दे विचों, इह बड़ा मंदभागा। ये जिन्हों लॉजिक कहिंदे ने कि असीं लॉजिकली गल करते हैं, दलील पूर्वक गल करते हैं, एक्चुअल दे विच लॉजिक नहीं हैगा, वो किंतु आ। तो मैनू नहीं लगता भी जिहड़ा सच्चा सिख हुंदा गुरु का, जिहड़ा भरोसा करता गुरु साहिबाना दे वरतारे हुए वरतारियां दे उत्ते, गुरु साहब जी दी खेडां दे उत्ते अरदास ते भरोसा करता, गुरबाणी ते करता, इतिहास ते करता, वो कभी किंतु नहीं करेगा। तो जे तुसीं तर्क की गल करोगे फिर तर्क तो जिहड़ा कि वह तर्क तो सुभाविक तौर के उत्ते सीधी स्पष्ट गल आ, जे तुसीं इहनूं साइंस के तरीके नाल लाओगे तो सुभाविक तौर पर भी नहीं हो सकता भी किसी की खोपड़ी लत्त जे तो वह बाणी पढ़ रहा होवे, इन्हां दे मुताबिक ये नहीं हो सकता भी किसी का शीश लत्त जे 70 साल की उम्र होवे तो जंग लड़ रहा हो, सवा सिर का कंडा पढ़ के छोटे छोटे बच्चे नीहां च खड़े होण ते उहनां दे चपड़ियां तक छेड़ दित्तियां जाण पर वो चढ़ती कला चाय लाने, इन्हों के मुताबिक वो नहीं हो सकता, पर यह होया, ये वरतारे वरते ने।
चरखड़ियाँ भी चढ़े ने, बंद बंद भी कटवाए ने, खोपियां लुवाइया ने, वह सारा कुछ होया तो उन्होंने अपने गुरु से भरोसा से श्रद्धा से उन्होंने यकीन से अपने गुरु से। सो शहादत हुई शहादत एवें नहीं हो जाए, शहादत देनी सौखी नहीं, कहना बड़ा सौखा जी मैं शहीद हो जूँगा, शहीद एवें नहीं होया जाता, शहादत एवें नहीं मिल जाती। उस वास्ते बड़ा जप तप चाहिए। मैनू लगता कि जेडे शहीद होंगे ने जिन्हों हूँ तक शहादत मिली ने उन्होंने कोई जीवन सी पिछले जन्मों के कृपा सी गुरु की उन्होंने उत्ते ही शहादत मिलती है, नहीं तो इतने तो इदा का सिस्टम आ भी सेवा भी नहीं मिलती। हाँ हरजीत थिरेवाले बारे भी मैं पता लगा जी, बिल्कुल ये कितने रहा हरजीत थिरेवाला, नेड़े पिंड दिल्ली रहा। हाँ हूँ जिमें थिरेवाला वा हूँ यदा भी तुम देखते हो भी कि बकवास करता, पर कि जेड़े लागे चागे जिन्हें रहा कि उन्होंने पता नहीं है भी ये इन्ना बकवास करता तो कि वो इतने कार्रवाई नहीं करा सकते, योजे बड़े ने। सो मेरा लाइव होने का जो मकसद सगा वो थोड़े ना विचार साझे कर पहरा दई आप इदा गल नहीं बननी, जे आप आपो अपने इलाकों के जिते जिथे भी रहने हो तो जिथे जिथे भी योजे पंथ दुखी ने योजना मानसिकता वाले लोग ने, जे असी ठोक के पहरा ना दिता इन्होंने नौजवानी दे मना दे विच गुरु साहिबाना का सत्कार घटा देना, शहीदों का घटा देना, क्योंकि बच्चे ने भटक जाते ने गुरबाणी तो सिद्धांतों तो इतिहास तो मर्यादा तो दूर ने, तो उन्होंने जो दिखाया जाता सोशलाइज करके जो पेश किया जाता वह शिकार हो जाते हैं। सो आप शिकार नहीं होने देना, आप अपने सिद्धांत अपनी मर्यादा कायम रखना, रल मिल करके हमला मारीे जिते साड़ी लोड़ पैंती असी हाजिर हाँ, जिन्ने जोगे हाँ थोड़े नाल खड़े हाँ संगत नाल, संगत का भी फर्ज बनता कि वो अपनी जिम्मेवारियां समझदे होए सहयोग करिए। हाँ जिहड़ा कोई करता वकार भाई कानूनी प्रक्रिया करता वह भी साथ दिओ, जिहड़ा डांग फेरदा वह भी साथ दिओ, क्योंकि जे आप साथ ना दिता तो उत्थे भी गलत हो जाना, फिर किसी ने यह नहीं कहना भी सानू की लोड़ पई आ। सो गुरु कृपा करे आओ रल मिल करके हमला मारीे अपने सिद्धांत अपनी मर्यादा अपनिया परंपरावान बचाने के वास्ते, इन्हों पंथ दुखियों के मूँह बंद करने वास्ते रल मिल करके हमला मारन की लड़ आ। जिहड़ियां फेक आईडियां बना के ये लोग बकवास करते हैं, इन्हों का भुलेखा पीए सिद्धांतों ढा ला लेंगे, मर्यादा लगनी नहीं निशान झूलते ने झूलते रहने ने, पंथ की चढ़ती कला रहनी आ। गिरावट हर एक समय च आउंदी आ, घर के सौ घाटा वादिया आउंदिया ने, बहुत सी पहला भी योजे बड़े आए थे आए से आना से हूँ भी आने गांह भी आने फर्क नहीं पैंता, निशान इदा ही झूलते रहने हैं, सत्कार इदा कायम रहना, शहीदों का भी रहना गुरु का भी रहना। ना तो इन्हों के कहते संगत ने सचखंड श्री दरबार साहब ज गुरु घर मनों हटना, ना शहीद संघा सत्कार कर हटना, ना जिमें लंगर के किंतु करते हैं जिमें गुरु घर के किंतु करते हैं गोलकों की गल करते हैं, कुछ नहीं फर्क पैना, सब कुछ इदा चलना, क्योंकि संगत को भरोसा अपने गुरु से यह भरोसा कायम आ, उस भरोसे सदका ये चढ़ती कला के निशान झूलते आ झूलते रहने हैं। संत ज्ञानी जरनैल सिंह खालसा पिंडा वाले ने बिल्कुल कमेंट जो तुम्हें किया कि जीवन अणख नाल मरना धर्म वास्ते वाला सिद्धांत जोड़ा वो सानू बख्शिया, आओ रल मिल के एक सिद्धांत पर पहरा दईए जी। वाहेगुरू जी का खालसा वाहेगुरू जी की फतेह। गुरपिरा हूँ साडा अपना फर्ज बनता है कि असी आप सुचेत हो जाइए, जो प्रचारक गुरमत की गल नहीं करते जो सिर्फ मनमत प्रचारते हैं, जेकर नौजवानी इन्हों के दीवाना दे जाएगी इन्हों सुन आदि बन जाएगी तो कितने ना कि असी आप अपनी नौजवानी कुराहे पा रहे हैं। फिर गल चाहे हरनेक नेकी की होवे, रणजीत सिंह टडरिया वाले की होवे, बलजीत दिल्ली की होवे, या किसी भी होर अजिहे अखौती प्रचारक की जो अपनी मनमत प्रचारन जुटिया होया है, संगत का फर्ज बनता है कि अजिहे प्रचारकों के बाइकॉट किए जाए, अजिहे चारकों के दीवान बंद करवाए जा। तो इस सब इस मसले उत्ते की सोचते हो अपने विचार नीचे कमेंट्स के जरूर देना, वीडियो चंगी लगी हो लाइक तो शेयर भी जरूर करना। वाहेगुरू जी का खालसा वाहेगुरू जी की फतेह। सिख धर्म की हर गतिविधि गुरबाणी वास्ते हुने सबसक्राइब करो गुरबाणी अखंड बाणी, नोटिफिकेशन वास्ते बैल नूं रिंग करो।